ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਪੰਜਾਬ ਦੇ ਮਸ਼ਹੂਰ ਗਾਇਕ ਗੁਰਨਾਮ ਭੁੱਲਰ ਨੇ ਮੰਗੀ ਆਪਣੇ ਫੈਨ ਤੋਂ ਮਾਫੀ। ਮਾਮਲਾ ਗੁਰਨਾਮ ਭੁੱਲਰ ਵੱਲੋਂ ਉਸਦੇ ਫੈਨ ਦੀ ਸਟੇਜ ਤੇ ਬੇਇੱਜ਼ਤੀ ਕਰਨ ਦਾ। ਬੀਤੇ 15 ਸਤੰਬਰ ਨੂੰ ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਭਿੱਖੀਵਿੰਡ ਪੱਟੀ ਰੋਡ ਤੇ ਸਥਿਤ ਧੰਨ ਧੰਨ ਬਾਬਾ ਖੇਤਰਪਾਲ ਜੀ ਦਾ ਸਾਲਾਨਾ ਜੋੜ ਮੇਲਾ ਮਨਾਇਆ ਗਿਆ ਸੀ, ਜਿਸ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਗੁਰਨਾਮ ਭੁੱਲਰ ਦਾ ਅਖਾੜਾ ਲਗਾਇਆ ਗਿਆ ਸੀ, ਜਿਸ ਵਿੱਚ ਗੁਰਨਾਮ ਭੁੱਲਰ ਵੱਲੋਂ ਸਟੇਜ 'ਤੇ ਇੱਕ ਫੈਨ ਵੱਲੋਂ ਫੋਟੋ ਦਿੱਤੀ ਜਾ ਰਹੀ ਸੀ ਕਿ ਗੁਰਨਾਮ ਭੁੱਲਰ ਵੱਲੋਂ ਉਸ ਲੜਕੇ ਦੀ ਸਟੇਜ ਉੱਪਰ ਬੇਇੱਜ਼ਤੀ ਕਰ ਦਿੱਤੀ ਗਈ, ਜਿਸ ਕਾਰਨ ਗੁਰਨਾਮ ਭੁੱਲਰ ਦੀ ਇਸ ਹਰਕਤ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਅਤੇ ਉਸ ਵੀਡੀਓ ਦੇ ਸੰਬੰਧ ਵਿੱਚ ਅੱਜ ਗਾਇਕ ਗੁਰਨਾਮ ਭੁੱਲਰ ਵੱਲੋਂ ਆਪਣੇ ਫੈਨ ਉਸ ਲੜਕੇ ਅਤੇ ਆਪਣੇ ਬਾਕੀ ਫੈਨਸ ਪਾਸੋਂ ਵੀਡੀਓ ਰਾਹੀਂ ਮੰਗੀ ਮਾਫ਼ੀ। ਦੇਖੋ ਇਹ ਸਾਰੀ ਵੀਡੀਓ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਨਾਮ ਭੁੱਲਰ। ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਅਤੇ ਕਾਫੀ ਕਮੈਂਟਸ ਆ ਰਹੇ ਉਹਦੇ 'ਤੇ, ਚੰਗੇ ਮਾੜੇ, ਮੇਰੀ ਸਪੋਰਟਸ ਅਗੇਂਸਟ। ਮੈਂ ਮਾਫ਼ੀ ਮੰਗਦਾ ਜੀ ਉਸ ਵੀਰੇ ਤੋਂ ਵੀ ਜਿਹਨੂੰ ਮੈਂ ਅਪਸ਼ਬਦ ਬੋਲੇ ਅਤੇ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੂੰ ਇਹ ਗੱਲ ਬੁਰੀ ਲੱਗੀ। ਮੇਰੀ ਕੋਈ ਕਿਸੇ ਨਾਲ ਨਿੱਜੀ ਦੁਸ਼ਮਣੀ ਨਹੀਂ, ਕੋਈ ਮੈਂ ਕਿਸੇ ਨਾਲ ਬੁਰਾ ਵਰਤਾਵ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਮੇਰੀ ਸਿਰਫ ਇੰਨੀ ਕੋਸ਼ਿਸ਼ ਸੀ ਕਿ ਸ਼ੋਅ ਜਿਹੜਾ ਰੁਕੇ ਨਾ, ਕਿਉਂਕਿ ਥੱਲੇ ਆਡੀਅੰਸ ਆਲਰੇਡੀ, ਗਰਮੀ ਬਹੁਤ ਸੀ, ਸਾਰੇ ਥੱਲੇ ਖੜ੍ਹੇ ਸੀ, ਵੇਟ ਕਰਦੇ ਸੀ, ਅਤੇ ਜਦੋਂ ਕੋਈ ਵੀ ਭਰਾ ਉੱਤੇ ਆਉਂਦਾ ਸੀਗਾ ਤਾਂ ਉਦੋਂ ਥੱਲੋਂ ਆਡੀਅੰਸ ਰੌਲਾ ਪਾਉਂਦੀ ਸੀ ਕਿ ਤੁਸੀਂ ਗਾਓ ਅਤੇ ਰੁਕੋ ਨਾ ਸ਼ੋਅ। ਮੇਰਾ ਮਕਸਦ ਸਿਰਫ ਇੰਨਾ ਹੀ ਸੀਗਾ ਕਿ ਸ਼ੋਅ ਨਾ ਰੁਕੇ। ਫਿਰ ਵੀ ਮੈਂ ਫਲੋ 'ਚ ਕੁਛ ਗਲਤ ਬੋਲਿਆ ਤਾਂ ਮੈਂ ਉਹ ਬਾਈ ਤੋਂ ਵੀ ਮਾਫ਼ੀ ਮੰਗਦਾ ਅਤੇ ਸਾਰਿਆਂ ਨੂੰ ਜਿਨ੍ਹਾਂ ਨੂੰ ਵੀ ਇਹ ਗੱਲ ਬੁਰੀ ਲੱਗੀ ਹੈ ਅਤੇ ਉਹਨਾਂ ਤੋਂ ਵੀ ਮਾਫ਼ੀ ਮੰਗਦਾ। ਜੈ ਪੰਜਾਬ, ਜੈ ਪੰਜਾਬੀ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।